धर्म कर्म चित एक ना लियावत, धर्म कर्म चित एक ना लिया, धर्म कर्म की एक भी गल चेत च नहीं आती, धर्म कर्म करिए। धर्म कर्म होंदा की है? धर्म कर्म होंदा सच नूं हाईलाइट करना, सच का संचार करना, लोगों के अंदरों सच जगाउणा, सच दे प्रति लोगों नूं जागरूक करना, अंतरात्मा के प्रति जागरूक करना लोगों नूं, भाई अंतरात्मा की आवाज ते चलो, अनर्थ ना करो, किसी ने धक्का ना करो, धक्का करना भी अनर्थ है। ਉਹ ਗੁਰਬਾਣੀ ਦੇ ਜਾਂ ਕਿਸੇ ਗ੍ਰੰਥ ਦੇ ਅਰਥ ਬਦਲਣੇ, ਧੱਕਾ ਨਹੀਂ ਉਹਨਾਂ ਅਰਥਾਂ ਨਾਲ, ਉਹਨਾਂ ਲਫ਼ਜ਼ਾਂ ਨਾਲ ਧੱਕਾ ਹੈ। ਔਰ ਪਬਲਿਕ ਨਾਲ ਗੱਦਾਰੀ ਹੈ, ਧਰਮ ਨਾਲ ਗੱਦਾਰੀ ਹੈ। ਇਹ ਪੈਸੇ ਗੋਲਕ ਦੇ ਖਰਚਦੇ ਹੋ, ਗੁਰੂ ਦੇ ਗੁਰੂ ਨਾਲ ਗੱਦਾਰੀ ਕਰਦੇ ਹੋ, ਇਹ ਕੁਛ ਕਰਦੇ ਰਹੇ ਤੇ ਬਈ ਲੋਕ ਤਾਂ ਰੱਬ ਦੇ ਨਾਂ 'ਤੇ ਹੀ ਦਿੰਦੇ ਰਹੇ। ਜਿਹੜਾ ਧਰਮ ਨੂੰ ਮੰਨਦਾ ਉਹ ਤਾਂ ਰੱਬ ਦੇ ਰੂਪ ਦੇ ਦੇ ਹੁੰਦਾ, ਉਹਨੂੰ ਤਾਂ ਗਿਆਨ ਹੈ ਨਹੀਂ ਵਿਚਾਰੇ ਨੂੰ। ਕਰਨ ਵਾਲਿਆਂ ਦੀ ਜ਼ਿੰਮੇਵਾਰੀ ਹੈ, ਹੁਣ ਬਹੁਤ ਖਤਰਨਾਕ ਹੈ ਇਹ ਜਿਹੜਾ ਲੈ ਕੇ ਨਾ ਧਰਮ ਦੇ ਨਾਂ 'ਤੇ ਪੈਸੇ ਗਾਂ, ਉਹਨੂੰ ਉਸੇ ਤਰੀਕੇ ਨਾਲ ਲਾਉਣੇ ਬਹੁਤ ਔਖੇ ਨੇ, ਤਾਂ ਨਹੀਂ ਲੈਂਦੇ ਸਿਆਣੇ ਆਦਮੀ। ਜ਼ਿੰਮੇਵਾਰੀ ਤਾਂ ਉਹਦੀ ਆ ਗਈ ਨਾ ਲੈਣ ਵਾਲੇ ਦੀ। ਲੈਣ ਵਾਲੇ ਦੀ ਜ਼ਿੰਮੇਵਾਰੀ ਆ ਗਈ, ਹੁਣ ਮੈਂ ਠੀਕ ਕਰ ਚੜੇ, ਉਹ ਤਾਂ ਦੇ ਕੇ ਚਲਾ ਗਿਆ। ਉਹ ਬੈਂਕ ਜੇ ਤੁਸੀਂ ਜਮ੍ਹਾਂ ਕਰਾਇਆ, ਬੈਂਕ ਦੀ ਜ਼ਿੰਮੇਵਾਰੀ ਹੈ ਤੁਹਾਡੇ ਸਣੇ ਵਿਆਜ ਦੇਣ ਦੀ, ਤੁਸੀਂ ਤਾਂ ਫੜਾ ਕੇ ਆ ਗਏ ਉੱਥੇ, ਤਾਂ ਬੈਂਕ ਦੀ ਜ਼ਿੰਮੇਵਾਰੀ ਨਹੀਂ ਹੈ ਸਣੇ ਵਿਆਜ ਦੇਣ ਦੀ। ਜੇ ਬੈਂਕ ਵਾਲੇ ਕੋਈ ਹੇਰਾ ਫੇਰੀ ਕਰਨ ਜਾਂ ਕੋਈ ਬੈਂਕ ਦਾ ਕਰਮਚਾਰੀ ਕਰੇ, ਉੱਥੇ ਡਾਕਾ ਪੈ ਜਾ ਲੁੱਟਣ, ਤੁਹਾਡਾ ਤਾਂ ਕਦੇ ਨਹੀਂ ਜਾਂਦੇ ਪੈਸੇ, ਉਹਦਾ ਜਮ੍ਹਾਂ ਹੋ ਗਿਆ ਬੈਂਕ 'ਚ, ਕਹਾਂ ਉਤਲੇ ਖਾਤੇ 'ਚ, ਹਿਸਾਬ ਉਹ ਤਾਂ ਲੈ ਲੈਣਾ ਅਗਲੇ ਨੇ, ਤੂੰ ਦੱਸ ਪੈਸੇ ਕਿੱਥੇ ਗਏ। ਇਹ ਕਹਿੰਦੇ ਡਰਦੇ ਨੇ, ਉਹਦਾ ਗਾਂ ਜਾ ਕੇ ਲੱਗੂਗਾ ਇਹਨਾਂ ਨੂੰ। ਕਰਮ ਧਰਮ ਕੀ ਕਰਿਆ ਭੁਲਾਵਤ, ਕਰਮ ਧਰਮ ਦੀ ਕਿਰਿਆ ਲੋਕਾਂ ਨੂੰ ਸਮਾਂ ਭੁਲਾ ਰਹੇ ਨੇ। ਕਰਮ ਧਰਮ ਕੀ ਕਿਰਿਆ ਭੁੱਲੀ ਨਹੀਂ ਹੋਈ, ਭੁੱਲੀ ਤਾਂ ਹੋਈ ਹੋਈ ਆ, ਭੁਲਾਵਤ ਵੀ ਸਾਨੂੰ ਨਾ ਕਹਿ ਦੇਣ ਵੀ ਤੁਸੀਂ ਕੀ ਕਰਦੇ ਹੋ। ਜੇ ਕੋਈ ਮਾੜੀ ਮੋਟੀ ਜਾਣਦਾ ਉਹਨੂੰ ਭੁਲਾਉਂਦੇ ਨੇ, ਨਿਆਣਿਆਂ ਨੂੰ ਭੁਲਾਉਣ ਲੱਗ ਗਏ ਤੇ ਨਿਆਣੇ ਗੁਰਦੁਆਰੇ ਜਾਣ ਤੇ ਹਟ ਗਏ। ਜਿਹੜੇ ਹੁਣ ਆਪਣੇ ਨਾਲ ਜੁੜਦੇ ਨੇ ਨਾ, ਇਹ ਭੁੱਲੇ ਨਹੀਂ ਹਨ, ਗੁਰਦੁਆਰੇ ਨਹੀਂ ਗਏ ਚੰਗਾ ਹੋਇਆ, ਭੁੱਲੇ ਨਹੀਂ, ਜਾਂ ਇਹਨਾਂ ਨੂੰ ਦੱਸੀ ਫੁੱਟ ਜੁੜ ਗਏ। ਇਹ ਭੁਲਾਉਣ ਵਾਲੇ ਨੇ, ਜਿਹਨਾਂ ਨੂੰ ਭੁਲਾਈ ਹੋਈ ਆ ਕਦੇ ਨਹੀਂ ਬੰਦੇ, ਜਿਹੜੇ ਉਹਨਾਂ ਨੇ ਵਿਸਾਰਤੀ ਨਾ ਕਦੇ ਧਰਮ ਕਰਮ ਚੋਂ, ਕਦੇ ਨਹੀਂ ਬੰਦੇ, ਲਾ ਲਓ ਜੋ ਜਿਹੜੇ ਇਹਨਾਂ ਦੇ ਮਗਰ ਲੱਗ ਗਏ, ਜਿਹੜੇ ਮਗਰ ਲੱਗ ਕੇ ਕਦੇ ਨਹੀਂ ਬੰਦੇ ਧਰਮ ਵਾਲਿਆਂ ਦੇ। ਹਾਂ, ਜਿਹਨਾਂ ਨੂੰ ਇਹਨਾਂ ਨੇ ਭੁਲਾਤੀ ਕਰਿਆ ਉਹ ਨਹੀਂ ਮੰਨਣਗੇ ਤੁਹਾਡੀ ਗੱਲ। ਰਾਮ ਰਹੀਏ ਨਹੀਂ ਸਿੱਖੋਏ, ਤੀਰਮੱਲੀਏ ਨਹੀਂ ਸਿੱਖੋਏ, ਗੁਰੂ ਦੇ ਗੁਰੂ ਜੋ ਲਾਟੇ ਸ੍ਰੀ ਜੈ ਨਾਲ ਜੁੜੇ ਹੋਏ ਨੇ, ਉਹ ਨਹੀਂ ਜੁੜੇ ਗੁਰੂ ਘਰ ਨਾ ਕੇ, ਜੇ ਜੁੜੇ ਉੱਤੋਂ ਜੁੜੇ, ਉਹ ਵੀ ਆਪਣੀ ਗੱਲ ਦੱਸਣ ਵਾਸਤੇ ਸਿੱਖਾਂ ਨੂੰ ਨੇੜੇ ਆਏ, ਆਪ ਅਸਰ ਨਹੀਂ ਲਿਆ। ਜਹਾਂ ਤਹਾਂ ਅਰਿਸ਼ਟ ਬਤਾਵਤ, ਜਹਾਂ ਤਹਾਂ ਅਰਿਸ਼ਟ ਬਤਾਵਤ, ਅਰਿਸ਼ਟ ਬਤਾਵਤ ਉਲਟੀਆਂ ਗੱਲਾਂ ਦੱਸਦੇ ਨੇ, ਇਸ਼ਟ ਤੋਂ ਉਲਟ ਦੱਸਦੇ ਨੇ, ਇਸ਼ਟ ਦੇ ਦੁਸ਼ਮਣ ਨੇ ਅਰਿਸ਼ਟ ਬਤਾਵਤ, ਅਰੀ ਇਸ਼ਟ, ਅਰੀ ਆਚਾਰੀ ਇਸ਼ਟ, ਇਸ਼ਟ ਦੇ ਦੁਸ਼ਮਣ ਦਾ ਇਸ਼ਟ ਦੀ ਪ੍ਰਚਾਰ, ਇਸ਼ਟ ਦਾ ਦੁਸ਼ਮਣ ਇਸ਼ਟ ਦਾ ਜੇ ਪ੍ਰਚਾਰ ਕਰੇ, ਧਰਮ ਦਾ ਦੁਸ਼ਮਣ ਹੈ ਧਰਮ ਦਾ ਪ੍ਰਚਾਰ ਕਰੇ, ਕਿਹਾ ਜਾ ਕਰੂਗਾ ਗੁਰੂ ਦਾ ਦੁਸ਼ਮਣ ਹੈ, ਜੇ ਦੁਸ਼ਮਣ ਹੈ ਸਾਡਾ, ਸਾਡੇ ਨਿਆਣਿਆਂ ਨੂੰ ਸਿੱਖਿਆ ਦਊ, ਉਹ ਦੱਸੋ ਕਿਹੋ ਜਿਹੀ ਦਊਗਾ, ਨਿਆਣੇ ਸਾਡੇ ਹੋਣ ਦੁਸ਼ਮਣ ਕੋਲ ਜਾ ਕੇ ਬੈਠਣ, ਉਹ ਜਿਹੜੀ ਉਹਨਾਂ ਨੂੰ ਸਿੱਖਿਆ ਦਊਗਾ, ਉਹ ਕਿਹੋ ਜਿਹੀ ਦਊਗਾ। ਇਹ ਗੁਰੂ ਕਰਦੇ ਦੁਸ਼ਮਣ ਦੇ ਜਿਹੜੇ, ਇਹ ਸਿੱਖਾਂ ਨੂੰ ਸਿੱਖਿਆ ਕਿਹੋ ਜਿਹੀ ਦਿੰਦੇ ਸੀ, ਅੰਮ੍ਰਿਤਸਰ ਗੁਰੂ ਘਰ ਦੀ ਦੁਸ਼ਮਣ ਸੀ, ਤਾਂ ਨੌਵੇਂ ਪਾਤਸ਼ਾਹ ਨੂੰ ਦਰਵਾਜ਼ਾ ਨਹੀਂ ਖੋਲਿਆ, ਇਹ ਦੱਸਣ ਇਹ ਵੀ ਦੁਸ਼ਮਣ ਨਹੀਂ ਸੀ, ਕਿਉਂ ਨਹੀਂ ਖੋਲਿਆ,
दुश्मन नहीं खोलता होता कोई दरवाजा, मित्र ना खोलना ही खोलना। साधारण होर दुनिया आती थी उन्होंने दरवाजा नहीं बंद किया, मत्था टेकने वाले जड़े आते उन्होंने भी घटिया बनया। आम पब्लिक खातर खोलते दरवाजा, दोवें भाषा खातर खोलिया नहीं, की खतरा सी नहीं खोलिया। खतरा दुश्मन तो होंगे, तुम कह सकते दुश्मन नहीं सी, हूँ कहने के मैं कहते जो असं बोले नहीं तो बंदा चुप कर रहे, तो इन्होंने कहा हम कोई बोलने वाला है ही नहीं, दुश्मन सी वह हूँ भी दुश्मन ने। जे दुश्मन सी तां गुरु दसम ग्रंथ चक्या उत्थों, दसम ग्रंथ उत्थों चक्कण दा मतलब है दुश्मनी है, आदे अर्थ उल्टे करदे ने दुश्मनी है। सारे जिन्ने टीके इन्हां ने कीते होए ने रद्द, उन्हां दा ही हुण रोज बोर्ड ते लिखदे ने अर्थ दुश्मनी है। वो अलग गल है कि मजबूरी नूं ऐलान करना पै गया उन्हूं के ये टीके गलत ने प्रेशर च, पर उसे दा प्रचार हो रहा है। दुश्मन ने साबित कर ले कोर्ट दे विच जाके भी दुश्मनी नहीं तो जिथे मर्जी गल कर लैन दुश्मनी नहीं, पब्लिक च कर गल दुश्मनी है, दसो कहते नहीं है गोलक गुरु दी रद भी आपे कीते नाले ना, रद आप कीते होने तुहाडे, फिर क्यों करते हो? अंदरों कथा करके दिखाओ, हूँ नहीं अजो थे नहीं कर दें, तो उत्थे कथा नहीं हो सकती सी गुरबाणी की अमृतसर तो दुश्मनी है, कथा नहीं हो सकती। कथा कदे की होगी तो होवे, वो कहते जी कथा करन दी इत्थे मर्यादा ही नहीं है, ठीक है ठीक कहते हो, मर्यादा नहीं है कथा की, सिर पर रखा सी इत्थे तो प्रकाश भी नहीं करते गुरु ग्रंथ साहब तो वैसे रखे सी सुरक्षा वास्ते, कथा नहीं सी होंदी अपनी जगह ठीक है, पर प्रकाश भी नहीं सी हुंदा जे कथा नहीं सी हुंदी। प्रकाश क्यों करते हो, मुख वाक क्यों लैंदे हो, चलावे खातर लैंदे हो, मुख वालों का कथा करो, हाँ मुख वाक का कथा करो, फिर व्याख्या करो, फिर व्याख्या करो, मुख वाक लैंदे ने कथा नहीं करते, व्याख्या नहीं करते। मंजी साहब भी प्रेशर च करन लगे ने, आहो हुण का पहला कथा ही नहीं सी अंदर हो सकती दरबार साहब च, इह तां हुण करन लगे ने उत्थे, इत कथा नहीं हो सकती क्योंकि दुश्मन है डेरा। आनंदपुर साहब कहते नहीं कहते कथा नहीं हो सकती, उत्थे नहीं कहने, पर अकाली फूला सुन बुरज हो जू कथा इतने नहीं हो सकती। गुरु करते दुश्मन सी, हां तोड़ मरोड़ के गल करते, बस गल जी करते जबानी तोड़ मरोड़ के करते थे, गुरु ग्रंथ साहब की कथा नहीं करते। कुलक छंद धर्म ना कर ही हरि ना उचर ही, धर्म ना कर ही धर्म तो करते नहीं, हरि ना उचर ही हरि की हर की कथा नहीं करते। हरि ना उचर ही का मतलब हर की कथा बंद की हुई है, गुरबाणी की कथा बंद की हुई है। पर कर डोले जल है बिरोले, पानी रिड़कते ने कथा कहानियां सुनाई जाते ने, घर घर डोलें पर घर डोलें जल है बरोलें, हाँ पर घर डोलें उधर कुड़ी च रहते ने, हिरदे चो नहीं गल करते, अंतरात्मा की गल नहीं, अंतरात्मा छड़ी हुई है, दिमाग चो लिया लिया के लोगों को भरमा के लैन वास्ते ना चढ़ावा, कथा कहानियां ऐसा कर लिया उदों की दुख भजनी मेरी घड़ी हुई है, जी आ गल करते ने आ दुख भजनी बेरी उदों की घड़ी हुई है, वह दस रहे ने जल है बरोलने, जल बरोलने पानी बरोलते ने, बेरी दुख कितने भजन कर दूगी, ये पानी रिड़किया हुआ कथा कहानियां सुना के, जल बरोलना होंगे वो निकलना कुछ नहीं, दुख भजनी बेरी ने नहीं तुहाडा कुछ संभालना, नाम ने संभालना। जे बेरी ते श्रद्धा रखोगे पानी रिड़क रहे हो निकलना, प्राप्ति कुछ नहीं है, जल है बरोलने पानी रिड़के तो कोई निकलता होंगे, ये कथा कहानी है पानी रिड़कता। कथा की बना ली वो कुड़ी सी उसकी पट्टी वाले राज, पट्टी पहले कोई राजधानी पट्टी कितने कितने का राजा सी,
ਉਹ ਪੱਟੀ ਦਾ ਇੱਕ ਪਿੰਡ ਹੈ, ਰਾਜ ਕਿਹਦਾ ਸੀ ਉੱਥੇ? ਰਾਜ ਤਾਂ ਮੁਸਲਮਾਨਾਂ ਦਾ, ਲਾਹੌਰ ਸੂਬਾ, ਉੱਥੇ ਰਾਜ ਕਿੱਥੇ ਸੀ? ਕਿਹਦਾ ਰਾਜ ਸੀ ਉੱਥੇ? ਕਿਹੜਾ ਕਿਲ੍ਹਾ ਉੱਥੇ? ਬਸ ਜਵਾਨੀ ਗੱਲ ਹੈ, ਉਹ ਪੱਟੀ ਇੱਕ ਪਿੰਡ ਹੈ ਬਬੂਲੀ ਜਿਹਾ, ਪਰਗਣਾ ਸੀ ਉਹਦਾ ਇੱਕ ਲਗਾਨ ਹੁੰਦਾ ਸੀ, ਉਹ ਮੱਸੇ ਰੰਗੜ ਨੂੰ ਦਿੱਤਾ ਪਰਗਣਾ ਦਾ ਇਲਾਕਾ ਵੀ, ਤੂੰ ਉਹ ਜਦ ਅੰਮ੍ਰਿਤਸਰ ਉਹਨੇ ਉਹ ਬੈਠੇ ਫੌਜ ਲੈ ਕੇ ਵੀ ਉਹ ਇਲਾਕੇ ਦਾ ਲਗਾਨ ਤੂੰ ਲੈ ਕੇ ਉਹ ਜਿਹੜੇ ਤੇਰੇ ਨਾਲ ਸਿਪਾਹੀ ਨੇ ਉਹਨਾਂ ਨੂੰ ਖਰਚ ਕਰ ਲਿਆ ਕਰ ਉੱਥੇ। ਉਹ ਉੱਥੇ ਤਾਂ ਕੋਈ ਰਾਜ ਕਦੇ ਹੋਇਆ ਹੀ ਨਹੀਂ ਹੈ, ਕੋਈ ਸੂਬਾ ਹੀ ਨਹੀਂ, ਬੱਜਲ ਹੈ ਬਰੋਲਾ ਸਾਖੀ ਬਣਾ ਕੇ ਰੱਖ ਲਈ। ਬੇਰੀਆਂ ਤਾਂ ਹੈਗੀਆਂ ਆਲੇ ਦੁਆਲੇ, ਹੋਰ ਥੋੜੀਆਂ ਨੇ ਬੇਰੀਆਂ, ਪ੍ਰਚਲਿਤ ਗੁਰੂ ਗ੍ਰੰਥ ਸਾਹਿਬ ਤੋਂ ਤੋੜਨਾ ਸੀ, ਤੋੜਦੇ ਕਿਵੇਂ? ਤੋੜਦੇ ਕਿਵੇਂ? ਉੱਥੇ ਬੇਰੀ ਥੋੜੀ ਹੈ, ਬੇਰੀ ਗੁਰੂ ਗ੍ਰੰਥ ਲੱਗ ਗਏ, ਉੱਪਰ ਬ੍ਰਹਮਬੂਟਾ ਨੀ, ਪਿੱਪਲ ਨੀ ਹੈ, ਪਿੱਪਲ ਨੀ ਹੈ, ਉਹ ਪਿੱਪਲ ਨੂੰ ਬ੍ਰਹਮਬੂਟਾ ਕਹਿੰਦੇ, ਪਿੱਪਲ ਦਾ ਨਾਂ ਹੀ ਬ੍ਰਹਮਬੂਟਾ, ਪਿੱਪਲ ਦਾ ਨਾਂ ਹੀ ਬ੍ਰਹਮਬੂਟਾ। ਆਹੋ ਇਹ ਬ੍ਰਹਮਾ ਦਾ ਅਵਤਾਰ ਹੈ ਪਿੱਪਲ, ਬਰੋਟਾ ਸ਼ਿਵਜੀ ਦਾ ਅਵਤਾਰ ਹੈ, ਆਹੋ ਉਹਦਾ ਸੁਭਾਅ ਸ਼ਿਵਜੀ ਵਰਗਾ, ਉਹਦਾ ਬ੍ਰਹਮਾ ਵਰਗਾ, ਇਹਦਾ ਨਾਂ ਹੈ ਬ੍ਰਹਮਬੂਟਾ। ਆਹੋ ਕਾਗਜ਼ਾਂ 'ਚ ਬ੍ਰਹਮ ਇਹ ਹੈਗਾ ਇਹਦਾ ਪਿੱਪਲ ਦਾ, ਉਹਦਾ ਗਰਮ ਸੁਭਾਅ ਹੈ ਬਰੋਟੇ ਦਾ। ਲਹਿਨ ਅਰਥਮ ਕਹੇ ਅਨਰਥਮ, ਲਹਿਨ ਅਰਥਮ, ਗੁਰਬਾਣੀ ਦੇ ਅਰਥ ਨੀ ਲੈ ਰਹੇ ਕਿ ਗੁਰਬਾਣੀ ਕੀ ਕਹਿ ਰਹੀ ਹੈ, ਕੌਣ ਗੁਰਬਾਣੀ ਕਿਹਨੂੰ ਕਹਿ ਰਹੀ ਹੈ ਵੀ ਦੁੱਖ ਭੰਜਣ ਤੇਰਾ ਨਾਮ ਹੈ, ਉਹ ਅਰਥ ਨੀ ਲੈ ਰਹੇ, ਅਨਰਥ ਕਰ ਰਹੇ ਨੇ ਬੇਰੀ ਵਾਲੇ। ਲਹਿਨ ਅਰਥਮ ਕਹੇ ਅਨਰਥਮ, ਕਹੇ ਅਨਰਥਮ, ਅਨਰਥ ਗੱਲ ਕਰਦੇ ਨੇ, ਅਰਥ ਨਹੀਂ ਕਹਿੰਦੇ, ਸਹੀ ਅਰਥ ਨਹੀਂ ਬਾਣੀ ਦੇ ਕਰਦੇ। ਬਚਨ ਨਾ ਸੱਚੇ ਮਤ ਕਰ ਕਾਚੇ, ਇਹ ਨਹੀਂ ਕਹਿੰਦੇ ਮੁਕਤੀ ਕਿਵੇਂ ਮਿਲੂ, ਸੰਨ ਸਾਹਿਬ ਦੇ ਸੰਨ ਦੇ ਵਿੱਚ ਨਿਕਲ ਕੇ ਮੁਕਤੀ ਮਿਲ ਜੂਗੀ, 84 ਪੌੜੀਆਂ 'ਚ ਪਾਠ ਕਰ ਲਓ ਮੁਕਤੀ ਮਿਲ ਜੂਗੀ, ਇਹ ਅਰਥ ਨੇ ਗੁਰਬਾਣੀ ਕਹਿੰਦੀ ਇਹ ਗੱਲ। ਅਨਰਥ ਕਿਵੇਂ ਆਵੜੇ, ਦੁਸ਼ਮਣੀ ਹੈ ਗੁਰਬਾਣੀ ਨਾਲ, ਗੁਰਬਾਣੀ ਨਾਲ ਉਹ ਚਲੋ ਗੋਇੰਦਵਾਲ ਤਾਂ ਜੇ ਪ੍ਰਚਾਰ ਨੀਤੀ ਹੁੰਦਾ ਉਹਨਾਂ ਦੀ ਲੱਤ ਮਾਰੀ ਉਹ ਕਾਫੀ ਹੈ, ਦੁਸ਼ਮਣੀ ਤੀਜੇ ਪਾਤਸ਼ਾਹ ਨੂੰ ਲੱਤ ਮਾਰੀ ਉਹ ਕਾਫੀ ਹੈ, ਲੱਤ ਮਾਰੀ ਤੋਂ ਹਿਸਾਬ ਹੋ ਗਿਆ ਦੁਸ਼ਮਣੀ, ਲੱਤ ਮਾਰਨ ਵਾਲੀ ਦੁਸ਼ਮਣੀ, ਬਾਕੀ ਉਹਨਾਂ ਦੀ ਲੋੜ ਹੀ ਨਹੀਂ ਜੋ ਮਰਜ਼ੀ ਕਹੀ ਜਾਣ, ਜੋ ਮਰਜ਼ੀ ਨਾ ਕਹੀ ਜਾਣ, ਤੀਜੇ ਪਾਤਸ਼ਾਹ ਨੂੰ ਲੱਤੇ ਮਾਰਤੀ ਉਹ ਤੋਂ ਹੋਰ ਦੁਸ਼ਮਣੀ ਕੀ ਹੋਊਗੀ, ਅੰਦਰੋਂ ਕੀ ਸੀ, ਕੀ ਤਕਲੀਫ ਹੋਈ ਸੀ, ਅਰਥ ਕਾਹਤੇ ਕਰਦੇ ਨੇ। ਪ੍ਰੈਸ਼ਰ ਪਾਇਆ ਹੋਊ ਨਾ, ਰਿਸ਼ਤੇਦਾਰੀ ਸੀ ਨਾ, ਤੁਸੀਂ ਇਹ ਨਾ ਕਰੋ, ਅਰਥ ਬਦਲ ਜੋ, ਨਹੀਂ ਬਦਲੇ, ਲੱਤ ਮਾਰਤੀ ਆ ਕੇ, ਨਾਦਰੀ ਕਰਤੀ, ਅਸੀਂ ਗੁਰੂ ਅੰਗਦ ਦੇ ਮੁੰਡੇ ਹਾਂ, ਸਾਡੀ ਇੱਜ਼ਤ ਹੈ, ਜੇ ਅਸੀਂ ਉਹ ਵਿਰੋਧ 'ਚ ਹੋ ਜਾਵਾਂਗੇ ਦੁਨੀਆ ਵਿਰੋਧ 'ਚ ਹੋ ਜੂ, ਦੁਨੀਆ ਵਿਰੋਧ ਹੋ ਜੂਗੀ, ਆਰਦਾਰ ਤਾਂ ਸਾਡਾ ਹੀ ਹੈ, ਇਹਨਾਂ ਦਾ ਪਿੰਡ ਤਾਂ ਉੱਧਰ ਬਸਰ ਕੇ ਸੀ, ਸਾਡੇ ਨੇੜੇ ਨੇ, ਸਾਡਾ ਏਰੀਆ, ਬੇਇੱਜ਼ਤੀ ਕਰ ਦਿੰਦੇ ਹੋ, ਜੇ ਦੂਰ ਚਲੇ ਗਏ ਤਾਂ ਉੱਠ ਕੇ ਆਪਣੇ ਚੱਲ ਆ ਏਰੀਆ ਅਸੀਂ ਸਾਂਭ ਲਾਂਗੇ, ਏਰੀਏ 'ਚ ਗੜਬੜ ਨਹੀਂ ਪੈਦਾ ਕਰਨਗੇ, ਸਾਡੇ ਏਰੀਏ 'ਚ ਦੂਰ ਚਲੇ ਜਾਣ। ਹਾਂਜੀ, ਬਚਨ ਨਾ ਸੱਚੇ ਮਤ ਕਰ ਕਾਚੇ, ਬਚਨ ਨਾ ਸੱਚੇ, ਕੋਈ ਸੱਚੀ ਗੱਲ ਨਹੀਂ ਕਰ ਰਹੇ, ਦੱਸ ਦੇਣ ਕਿਹੜੀ ਸੱਚੀ ਹੈ ਇਹਨਾਂ ਦੀ, ਬਚਨ ਨਾ ਸੱਚੇ ਮਤ ਕਰ ਕਾਚੇ, ਕੌਣ ਚਿੱਟੇ ਹੰਸ ਬਣ ਬਣ ਕੇ ਨਿਕਲਦੇ ਨੇ, ਹੁਣ ਕੱਢ ਕੇ ਦਿਖਾਓ, ਹੁਣ ਕੀ ਹੋ ਗਿਆ, ਹੁਣ ਤਾਕਤ ਘੱਟ ਗਈ, ਉਦੋਂ ਤਾਂ ਰੋਜ਼ ਪਾਠ ਨਹੀਂ ਸੀ ਹੁੰਦਾ, ਹੁਣ ਤਾਂ ਪਾਠ ਹੁੰਦਾ, ਹੁਣ ਤਾਂ ਜ਼ਿਆਦਾ ਸ਼ਕਤੀ ਚਾਹੀਦੀ ਹੈ,
ਇੰਨਾ ਚਿਰ ਹੋ ਗਿਆ ਉੱਥੇ ਗੁਰਬਾਣੀ ਪੜ੍ਹਦਿਆਂ ਨੂੰ, ਹੁਣ ਸ਼ਕਤੀ ਘੱਟ ਕਿਉਂ ਗਈ? ਜੇ ਕਹੋਗੇ ਹੁਣ ਸ਼ਕਤੀ ਹੈ ਨਹੀਂ, ਇਹਦਾ ਮਤਲਬ ਗੁਰਬਾਣੀ ਬੰਦ ਕਰ ਦਿਉ। ਫਿਰ ਗੁਰਬਾਣੀ ਨਾਲ ਸ਼ਕਤੀ ਘੱਟਦੀ ਹੈ, ਫਿਰ ਤਾਂ ਭੋਗ ਪਾ ਦਿਉ ਦੁਨੀਆਂ 'ਚੋਂ। ਜੇ ਕਰਾਂਗਾ ਤਾਂ ਗੁਰਬਾਣੀ 'ਚ ਘੱਟਦੀ ਹੈ, ਸ਼ਕਤੀ ਹੈ ਨਹੀਂ, ਫਿਰ ਇਹਨੂੰ ਮੰਨਦੇ ਕਿਉਂ? ਹੁਣ ਤਾਂ ਜ਼ਿਆਦਾ ਸ਼ਕਤੀ ਚਾਹੀਦੀ ਹੈ ਬਾਣੀ 'ਚ, ਰੋਜ਼ ਪਾਠ ਹੁੰਦਾ ਉੱਥੇ, ਇੰਨਾ ਕੀਰਤਨ ਹੁੰਦਾ, ਇੰਨਾ ਲੰਗਰ ਚੱਲਦਾ। ਉਦੋਂ ਕੀ ਸੀ, ਉਦੋਂ ਸ਼ਕਤੀ ਕਿਉਂ ਸੀ, ਹੁਣ ਕਿਉਂ ਨਹੀਂ, ਇਹਦਾ ਜਵਾਬ ਦੇ ਦੇਣ। ਜਾਂ ਤਾਂ ਉੱਥੇ ਹੁਣ ਅਨਰਥ ਹੁੰਦੇ ਨੇ, ਜਾਂ ਤਾਂ ਉਦੋਂ ਬਾਅਦ ਉੱਥੇ ਪਾਪ ਹੋਣ ਲੱਗ ਗਿਆ, ਉਹ ਜਗ੍ਹਾ 'ਚ ਪਹਿਲਾਂ ਸ਼ਕਤੀ ਜ਼ਰੂਰ ਸੀ, ਹੁਣ ਉੱਥੇ ਜਦ ਤੱਕ ਅਨਰਥ ਹੁੰਦਾ ਪਾਪ ਹੁੰਦਾ। ਜਾਂ ਤਾਂ ਇਹ ਮੰਨ ਲਓ ਫਿਰ ਤਾਂ ਤੁਸੀਂ ਪਾਪੀ ਹੋ, ਅਨਰਥੀ ਹੋ, ਫਿਰ ਤਾਂ ਤੁਸੀਂ ਅਨਰਥੀ ਹੋ, ਪਾਪੀ ਹੋ, ਨਹੀਂ ਦੱਸੋ ਉੱਥੇ ਤਾਕਤ ਕਿਉਂ ਨਹੀਂ ਹੈ। ਉਦੋਂ ਜਗ੍ਹਾ ਚੰਗੀ ਸੀ, ਪਵਿੱਤਰ ਸੀ, ਉਹ 'ਚ ਤਾਕਤ ਸੀ, ਜਦ ਤੋਂ ਤੁਹਾਡਾ ਕਬਜ਼ਾ ਹੋ ਗਿਆ, ਜਦ ਤੋਂ ਅਨਰਥ ਹੋ ਗਏ, ਜਦ ਤੋਂ ਉੱਥੇ ਸ਼ਕਤੀ ਨਹੀਂ ਰਹੀ। ਗੁਰੂਆਂ ਵੇਲੇ ਵੀ ਸ਼ਕਤੀ ਨਹੀਂ ਰਹੀ, ਗੁਰੂਆਂ 'ਚ ਵੀ ਕੋਈ ਕਮੀ ਹੋਣੀ ਹੈ। ਫਿਰ ਜਾਵਾਂਗੇ ਕਿਧਰ ਨੂੰ ਭੱਜ ਕੇ, ਜਾਣ ਨੂੰ ਠਿਕਾਣਾ ਹੀ ਕੋਈ ਨਹੀਂ ਤੁਹਾਨੂੰ। ਚੋਰਾਂ ਨੂੰ ਠਿਕਾਣਾ ਨਹੀਂ ਹੁੰਦਾ ਰਹਿੰਦਾ ਹੁੰਦਾ, ਝੂਠਿਆਂ ਨੂੰ ਟਿਕਾਣਾ ਨਹੀਂ ਹੁੰਦਾ, ਕੋਈ ਭੱਜਣ ਨੂੰ ਜਗ੍ਹਾ ਹੀ ਨਹੀਂ ਹੈ ਇਹਨਾਂ ਨੂੰ। ਵਚਨ ਨਾ ਸੱਚੇ ਮਤ ਕਰ ਕਾਚੇ, ਵਚਨ ਕੋਈ ਵੀ ਸੱਚਾ ਨਹੀਂ ਇਹਨਾਂ ਦਾ, ਇੱਕ ਵੀ ਗੱਲ ਸੱਚੀ ਨਹੀਂ। ਮਤ ਕਰ ਕਾਚੇ, ਕਿਉਂਕਿ ਕੱਚੀ ਮਤ ਦੇ ਨੇ ਨਾ ਬੰਦੇ, ਲੋਭੀ ਨੇ, ਲੋਭੀ ਦਾ ਕੀ ਹੈ, ਕੱਚੀ ਮਤ ਵਾਲੇ ਨੇ, ਮਾਇਆਧਾਰੀ ਨੇ, ਅੱਤ ਅੰਨੇ ਬੋਲੇ ਨੇ।